ਤੇ ਲਓ ਜੀ ਡੀਜੇ ਜਿਹੜਾ ਸਾਨੂੰ ਚਾਹੀਦਾ ਉਹ ਸ਼ੋਭਾ ਯਾਤਰਾ 'ਚ ਚਾਹੀਦਾ ਤਾਂ ਤੁਰਿਆ ਇੱਧਰਲੀ ਸਾਈਡ ਆ, ਇਹਨਾਂ ਵੀ ਪੂਰਾ ਵਿਚਾਰ ਵਿਮਰਸ਼ ਕਰਦੇ ਆ ਹੁਣ ਕੀ ਕੀ ਹਿਸਾਬ ਕਿਤਾਬ ਹੈ। ਡੀਜੇ ਵਾਲੇ ਬਾਬੂ ਤਿਆਰ ਹੋ ਗਏ, ਤਿਆਰ ਹੁੰਦੇ ਪਏ ਭਾਜੀ। ਇਹ ਲਾਲਾ ਜੀ, ਉਹ ਲਾਲਾ ਜੀ, ਤੁਸੀਂ ਈਸ਼ ਨਗਰ ਜਾਣਾ ਹੈ? ਈਸ਼ ਨਗਰ, ਈਸ਼ ਨਗਰ, ਕ੍ਰਿਸ਼ਨਾ ਨਗਰ ਦੇ ਮਗਲ ਆਓ, ਕ੍ਰਿਸ਼ਨਾ ਨਗਰ ਦੇ ਨਾਲ ਬਿਲਕੁਲ। ਜੈ ਮਾਤਾ ਦੀ। ਲਓ ਜੀ ਡੀਜੇ ਵਾਲੇ ਨੂੰ ਵੀ ਦੱਸ ਦਿੱਤਾ ਗਿਆ ਕਿ ਕਿੱਧਰਲੀ ਸਾਈਡ ਜਾਣਾ, ਨਾਲ ਲੈ ਕੇ ਚੱਲਦੇ ਆ। ਨਾਲ ਨਾਲ ਡੀਜੇ ਦੀ ਸੇਵਾ, ਸੇਵਾ ਨਹੀਂ ਮੀਨਸ ਅਸੀਂ ਪੈਸੇ ਦੇ ਰਹੇ ਹਾਂ, ਸੇਵਾ ਸੁਵਾ ਕੋਈ ਨਹੀਂ ਹੈਗੀ, ਮੂੰਹ ਚੋਂ ਨਿਕਲ ਜਾਂਦਾ ਜੀ, ਕੀ ਕਰ ਸਕਦੇ। ਮੂੰਹ ਇੱਦਾਂ ਹੀ ਸੀ ਜਾਏ ਪਾਣੀ ਨਹੀਂ ਦਮ ਦੇਗਾ। ਉਹ ਸੇਵਾ ਕਰਦੇ ਕਰਦੇ ਮੂੰਹ 'ਚ ਸੇਵਾ ਲੱਗ ਗਿਆ। ਇੱਕ ਹੋਰ ਤੁਹਾਨੂੰ ਆਪਣੇ ਬਿਜਲੀ ਦੇ ਕਾਰੀਗਰ ਟੋਪ ਦੇ ਅਸ਼ੂ ਮੇਰਾ ਭਰਾ ਜਾਹੋ ਸਕੂਟਰ ਮੋਟਰਸਾਈਕਲ ਰਿਪੇਅਰ ਕਰਾਓ ਇੱਥੇ ਗੰਜਾ ਸਕੂਲ ਜੀ, ਗੰਜਾ ਸਕੂਲ। ਜੈ ਮਾਤਾ ਦੀ। ਇਹ ਵੀ ਆਪਣੇ ਨਾਲ ਦੀ ਹੈ ਜੀ, ਕੋਈ ਕੰਮ ਨਹੀਂ ਕੀਤਾ ਇਹਨਾਂ ਨੇ, ਸੱਚ ਤੁਹਾਨੂੰ ਦੱਸਦਾ ਇੱਕ ਵੀ ਕੰਮ ਇਹਨਾਂ ਨੇ ਨਹੀਂ ਕੀਤਾ, ਫਿਰ ਵੀ ਆਪਾਂ ਨਾਲ ਰੱਖੇ ਹੋਏ ਆ। ਜੈ ਮਾਤਾ ਦੀ ਭਾਈ, ਕੀ ਕਿਹਾ ਇੱਕ ਵਾਰੀ? ਇਹਨਾਂ ਆਪਣੇ ਨਾਲ ਦੇ ਪ੍ਰੀਤ ਭਾਜੀ ਤੇ ਆਪਣੇ ਵੱਡੇ ਭਾਜੀ, ਇਹਨਾਂ ਕੋਈ ਕੰਮ ਨਹੀਂ ਕੀਤਾ, ਕੋਈ ਕੰਮ ਨਹੀਂ ਕੀਤਾ, ਤਾਂ ਹੀ ਨਾਲ ਹੀ ਰੱਖੇ ਹੋਏ ਆ ਡੀਜੇ ਦਾ ਨਾਲ ਨਾਲ ਆਪਣਾ ਡੀਜੇ। ਜੈ ਹੋ ਭਾਜੀ, ਨਮਸਕਾਰ ਭਾਜੀ ਤੈਨੂੰ। ਦੇਖੋ ਜੀ ਆਹ ਤੁਹਾਨੂੰ ਮੈਂ ਕਿਹਾ ਨਾ ਕੋਈ ਕੰਮ ਨਹੀਂ ਕੀਤਾ, ਇਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਬਾਣੇ ਨਿਕਲਦੇ ਕਿੱਥੇ ਕੀ ਹੈ। ਸਵੇਰ ਰਾਤ ਦੇ ਅਸੀਂ 2:30-3 ਵਜੇ ਗਏ ਹਾਂ, ਸਵੇਰੇ 4 ਵਜੇ ਉੱਠ ਕੇ ਫਿਰ ਤਿਆਰੀ ਕਰਦੇ, ਉੱਧਰੋਂ ਬਾਣਾ ਹੋ ਗਿਆ ਜੀ ਤਿਆਰ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। 10 ਵਜੇ ਉੱਠ ਕੇ ਆ ਗਏ ਆ ਜੀ, ਇਹ ਕਹਿੰਦੇ ਆਪਾਂ 8 ਵਜੇ ਤੇ ਘੁੰਮਦੇ ਪਏ ਆ ਜੀ ਸਮਾਨ। ਲੋ ਇੱਕ ਵਾਰੀ ਫੇਰ ਦਰਸ਼ਨ ਕਰਾ ਦਈਏ ਤੁਹਾਨੂੰ। ਨਾਲ ਨਾਲ ਡੀਜੇ ਦੀ ਸੇਵਾ, ਸੇਵਾ ਨੀ ਪੈਸੇ ਦੇਣੇ ਆ। ਰੰਗੋਲੀ ਵਾਲੇ ਵੀ ਲੁਧਿਆਣੇ ਤਾਂ ਭਾਜੀ, ਹੁਸ਼ਿਆਰਪੁਰ ਵਾਲੇ ਆ ਜੀ ਇਹ ਭਾਈ, ਉੱਤੇ ਜਾਓ ਤੁਸੀਂ, ਉੱਤੇ ਵਜਾਣਾ ਢੋਲ। ਭਾਈ ਪਹਿਲੇ ਇੱਧਰ ਨੂੰ ਭੇਜਤਾ ਉਹਨਾਂ ਨੇ, ਲਿਓ ਜੀ ਮਹਾਰਾਜ ਸ਼ੇਰ ਸਾਹਿਬ ਜਿੱਥੇ ਮਰਜ਼ੀ ਵਜਾ ਦਿਓ। ਵਾਹ ਵਧੀਆ, ਢੋਲੀ 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 ਦਾ ਹੈਡ ਪਤਾ ਨੀ ਕਿੱਥੇ ਲਈ ਆਈ ਜਾਂਦਾ। ਆਹ ਦੇਖੋ ਜੀ 4-5 ਹਜ਼ਾਰ ਇਹਨਾਂ ਦੇ ਲਾਤਾ ਸੀ 7 ਦਿਨਾਂ 'ਚ, ਰੋਟੀ ਸਵੇਰੇ ਬ੍ਰੇਕਫਾਸਟ ਲੰਚ ਡਿਨਰ। ਲਓ ਜੀ ਗੱਡੀਆਂ ਹੋ ਗਈਆਂ ਤਿਆਰ, ਹੋ ਜਾਵੇ ਸਭ ਮਹਾਂ ਹੋ ਜਾਣਾ।
ਤੁਸੀਂ ਤਾਂ ਐਵੇਂ ਟਾਈਮ ਪਾਸ ਕਰੀ ਜਾਂਦੇ, ਸਾਰਾ ਕੰਮ ਮੈਂ ਤੇ ਸਿੰਘ ਸਾਹਿਬ ਨੇ ਕਰਤਾ ਦਿੱਤਾ ਆ, ਆਪਾਂ ਦੋਨਾਂ ਨੇ ਸਾਰਾ ਕੰਮ ਕਰਤਾ ਦਿੱਤਾ। ਪੰਕਜ ਭਾਈ 12 ਵਜੇ ਉੱਠ ਕੇ ਆ ਗਏ, ਮੈਂ ਤਾਂ ਤੁਹਾਨੂੰ ਦੋਨਾਂ ਨੇ ਸਾਰਾ ਅਸੀਂ ਸਾਰਾ ਕੰਮ ਕਰਤਾ ਜੀ। ਇੱਕ ਤੁਹਾਨੂੰ ਹੋਰ ਆਪਣਾ ਇੰਟਰੋਡਿਊਸ ਭਰਾ ਵਿਕਰਮ ਭਰਾ, ਜੈ ਮਾਤਾ ਦੀ, ਜੈ ਮਾਤਾ ਦੀ। ਜੈ ਮਾਤਾ ਦੀ, ਲੋ ਨੈਣਾ ਦੇਵੀ ਮਾਤਾ, ਜੈ ਮਾਤਾ ਦੀ ਜਿਹੜੀ ਆਪਾਂ ਜੋਤ ਲੈ ਕੇ ਆਏ, ਜੈ ਮਾਂ ਨੈਣਾ ਦੇਵੀ, ਜੈ ਮਾਤਾ ਦੀ। ਚੁੰਨੀਆਂ ਜੀ, ਚੁੰਨੀਆਂ ਸਾਰੀਆਂ ਗੱਡੀਆਂ ਲੱਗੂਗੀਆਂ, ਆਪਾਂ 30 ਚੁੰਨੀਆਂ ਲਈਆਂ ਸੀਗੀਆਂ। ਨਹੀਂ ਨਹੀਂ ਉਹ ਵਿਕਾਸ ਸੈਣੀ ਭਾਅ ਜੀ, ਕੋਈ ਗੱਲ ਨਹੀਂ, ਤੂੰ ਲੈ ਜਾ ਮਾਤਾ ਦੀ। ਗੜੇ ਆ ਕੰਮ ਕੁੰਮ ਲਈ ਬੰਦੇ ਪਰਫੈਕਟ ਦਿੱਤੇ ਤੁਹਾਨੂੰ। ਬਿਲਕੁਲ ਜੀ ਬਿਲਕੁਲ, ਜੈ ਮਾਤਾ ਪੂਰਾ ਜੀ ਦਾ ਜਿੰਦਾਬਾਦ, ਜਿੰਦਾਬਾਦ। ਚਲੋ ਕਹੀਓ ਪਿੱਛੇ ਤਾਂ ਗੱਡੀਆਂ ਗੱਡੀਆਂ, ਜੈ ਮਾਤਾ ਦੀ, ਕੰਮ ਅਸੀਂ ਮਿਲ ਕੇ ਕੁਮਾਰ ਪੰਕਜ 009 ਯੂਟਿਊਬ ਚੈਨਲ, ਕੁਮਾਰ ਪੰਕਜ 009 ਭਾਈ, ਜੈ ਮਾਤਾ ਦੀ। ਜਿਹਨੇ ਕੰਮ ਨਹੀਂ ਕਰਨਾ ਹੁੰਦਾ ਨਾ, ਦੇਖੋ ਆਪਣੇ ਨਿਆਣੇ ਲਿਆਉਂਦਾ ਬੰਦਾ, ਠੀਕ ਹੈ, ਪਤਾ ਕਿਸੇ ਚੀਜ਼ ਨੂੰ ਹੱਥ ਪਾਉਣਾ ਨਾ ਪਵੇ, ਅਤੇ ਜੈ ਸ਼ੰਕਰ ਜੀ ਭਾਈ ਸਾਰੇ ਉਹ ਗੱਡੀ ਹੋ ਰਹੀ ਜੀ। ਵਿਕਰਮ ਭਾਈ ਚੁੰਨੀਆਂ ਲਵਾਓ ਗੱਡੀ ਨੂੰ, ਚੁੰਨੀਆਂ ਇੱਕ ਲਵਾਈ ਹੋਵੇ ਤਾਂ ਪਤਾ ਹੋਵੇ, ਪਤਾ ਥੋੜ੍ਹੀ ਆ ਕੁਛ ਵੀ। ਜੈ ਮਾਤਾ ਦੀ। ਪੰਡਿਤ ਜੀ ਕੀ ਹਾਲ ਚਾਲ? ਵਧੀਆ, ਤੁਸੀਂ ਸੁਣਾਓ? ਸੇਵਾ ਚੱਲ ਰਹੀ ਪੂਰੀ? ਹੋਰ ਜੀ, ਸੇਵਾ ਚੱਲਦੀ, ਸੇਵਾ ਹੋ ਗਈ ਜੀ। ਭਾਅ ਜੀ ਕੀ ਹਾਲ ਚਾਲ? ਕੱਢੋ ਆਪਣਾ ਜਾਮਾ, ਕਿੱਥੇ ਤੁਹਾਡਾ? ਲਓ ਜੀ ਉਹ ਜਾਮਾ ਸਾਹਮਣੇ ਖੜਾ ਉਹਨਾਂ ਦਾ, ਸਹੀ ਹੈ ਨਾ ਭਾਅ ਜੀ? ਠੀਕ ਹੈ ਜੀ, ਸਪੈਸ਼ਲ ਮੰਗਾਇਆ ਗਿਆ। ਪਹਿਲਾਂ 2 ਸਾਲ ਮੇਰਾ ਭਰਾ ਪ੍ਰੀਤ ਨੇ ਚਲਾਇਆ ਇਹ ਵਾਲਾ ਜਾਮਾ, ਹੈ ਨਾ, ਚਲਾਇਆ ਨਾ, ਚਲਾਇਆ ਜੀ। ਕਿਹੜਾ ਜਾਮਾ? ਅਤੇ ਲਓ ਜੀ ਤੀਜੀ ਸਾਈਡ 'ਤੇ ਜਿੱਥੇ ਸਾਡੇ ਬਾਣੇ ਤਿਆਰ ਹੋ ਬਈ ਪੈਰੀ ਪੈਣਾ ਜੀ। ਇੱਕ ਮਿੰਟ ਅਤੇ ਉੱਥੇ ਲੈ ਕੇ ਚੱਲਦੇ ਆ ਨਾਲ ਆਪਣੇ ਭਾਅ ਜੀ ਵੱਡੇ ਨਾਲ ਮਿਲਾਉਂਦਾ ਤੁਹਾਨੂੰ ਬਈ। ਜੈ ਮਾਤਾ ਦੀ। ਹੋਰ ਸੁਣਾਓ, ਠੀਕ ਠਾਕ? ਜੈ ਸ਼੍ਰੀ ਰਾਮ। ਹੋਰ ਸੁਣਾਓ, ਠੀਕ ਠਾਕ? ਆਸ਼ੀਰਵਾਦ ਮੇਰੇ ਤੇ ਪੂਰਾ ਤੁਹਾਡਾ। ਜੈ ਸ਼੍ਰੀ ਰਾਮ, ਜੈ ਜੈ ਸ਼੍ਰੀ ਰਾਮ। ਠੀਕ ਹੈ ਭਾਅ ਜੀ। ਚਲੋ ਜੀ, ਜਿਹੜੇ ਤੀਸਰੇ ਬਾਣੇ ਨਿਕਲਦੇ ਆ, ਸਾਨੂੰ ਦੱਸਿਆ ਗਿਆ ਸੀ ਡਰਾਮਾ ਸਟੇਜ ਦੇ ਕੋਲ ਅਤੇ ਪਹੁੰਚ ਚੁੱਕੇ ਆ ਉੱਥੇ। ਹੋਰ ਬਾਬਾ ਭਾਈ ਕਰ ਰਿਹਾ ਜੀ ਡਰਾਈਵ, ਅਤੇ ਇੱਥੇ ਬੰਦਾ ਸਾਨੂੰ ਲੈਣ ਆਊਗਾ ਨਾ, ਇੱਥੇ ਕਿਤੇ ਆ ਰਹੇ ਕੋਲ। ਅਤੇ ਲੱਗੀ ਜੀ ਸਬਜ਼ੀ ਮੰਡੀ, ਆਹ ਡਰਾਮਾ ਸਟੇਜ ਲੱਕੜਦਾਰ ਆ। ਹਾਂਜੀ ਇੱਧਰ ਹੀ ਹੈ, ਆਹੀ ਹੈ ਮੇਰੇ ਹਿਸਾਬ ਨਾਲ। ਅੱਛਾ, ਉਹ ਸਾਹਮਣੇ ਬਾਣੇ ਲੈ ਕੇ ਜਾ ਰਹੇ, ਜਾ ਹੋ ਉਹਨਾਂ ਦੇ ਮਗਰ ਹੀ ਲਾ ਲਓ, ਇੱਦਾਂ ਵੀ ਰਸਤਾ ਪਤਾ ਲੱਗ ਜਾਂਦਾ ਜੀ। ਰਸਤਾ ਵੀ ਜਾ ਰਹੇ ਕਿਤੇ, ਸਾਹਮਣੇ ਮਾਣਾ ਜੀ ਆਪਣਾ ਹੀ ਹੈ ਬਾਈ। ਕਿੱਥੇ ਜਾ ਰਹੇ? ਅੱਛਾ ਠੀਕ ਹੈ, ਉੱਪਰ
ਮਿਊਨਸੀਪੈਲਿਟੀ ਇਹ ਜੀ ਸਾਨੂੰ ਸਮਝ ਨਹੀਂ ਆਇਆ ਕੀ ਸਿਸਟਮ ਸੀਗਾ, ਹਜੇ ਤੱਕ ਤਿਆਰੀ ਨਹੀਂ ਹੋਈ, ਇਹਨਾਂ ਨੇ ਮੈਨੂੰ ਲੱਗਦਾ ਲੇਟ ਕਰ ਦੇਣਾ ਬਾਈ ਸਾਹਿਬ। ਬਾਕੀ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਆਪ ਹੀ ਵਿੱਚ ਮਿਕਸ ਹੋਊਗੇ, ਅਸੀਂ ਆਪਣੀ ਸ਼ੋਭਾ ਯਾਤਰਾ ਰਾਈਟ ਸਾਈਡ 'ਤੇ ਜਿਹੜਾ ਤੁਹਾਨੂੰ ਦੱਸਿਆ ਸੀ ਉੱਥੇ ਕੱਢ ਦੇਣੀ, ਘੰਟਾਘਰ ਮਿਲਣ ਸਾਨੂੰ ਜਿੱਥੇ ਮਿਲਣ ਆ ਗਏ। ਸਾਡੇ ਮੁਹੱਲੇ ਦੀ ਪਾਰਟੀ ਹੈ ਜੀ, ਇਹਨਾਂ ਦਾ ਦੇਖ ਲੈਂਦੇ ਕੀ ਕੀਤਾ, ਜਾ ਕੇ ਦੇਖ ਰਹੇ ਹਾਂ। ਤਿਆਰੀ ਨਹੀਂ ਇਹਨਾਂ ਦੀ ਅੰਦਰ ਹੋਣੀ ਕਿਤੇ, ਇਹਦੀ ਕੋਠੇ ਦੀ ਹੀ ਹੈ। ਉਹ ਤਿਆਰ ਹੋ ਕੇ ਤਾਂ ਆ ਜਾਓ ਬੋਲ। ਉਹ ਭਾਈ ਕਿੰਨਾ ਟਾਈਮ ਲੱਗਣਾ ਤੁਹਾਨੂੰ? ਭਾਈ ਇੱਦਾਂ ਕਰੀਏ, 2 ਘੰਟੇ ਲੇਟ ਕਰ ਦਿਓ। ਨਹੀਂ ਉਹ ਜਲਦੀ ਆ ਗਿਆ ਭਰਾਵਾ, ਤਿਆਰ ਆ ਪਾ ਵੀ ਦਿੱਤੇ ਆ ਜਿਹੜੇ ਪਹਿਲੀ ਪਾਰਟੀ ਚਲਾਈ। ਚਲੋ ਜੀ, ਢੋਲੀ ਸਾਡੇ ਇੱਥੇ ਹੀ ਘੁੰਮੀ ਜਾਂਦੇ ਆ। ਆਹ ਲੱਡੂ ਵਾਲੇ ਇਹਦਾ ਹੀ ਕੰਮ। ਜੈ ਸ਼ੰਕਰ, ਬਹੁਤ ਵਧੀਆ ਕੀਤਾ ਜੀ, ਜੈ ਸ਼ੰਕਰ। ਦੋ ਪਾਰਟੀਆਂ ਤੁਹਾਨੂੰ ਦਿਖਾਤੀਆਂ, ਕੋਈ ਹਜੇ ਤੱਕ ਲੇਟ ਹੈ, ਠੀਕ ਹੈ ਜੀ। ਅਤੇ ਤੀਜੀ ਪਾਰਟੀ ਤੀਜੀ ਵਾਲੀ ਆਓ, ਜਿਹੜੀ ਸਭ ਤੋਂ ਪਹਿਲਾਂ ਪਾਰਟੀ ਦਿਖਾਈ ਸੀ ਉਹਨਾਂ ਨੇ ਰੰਗ ਵੀ ਲੈਣਾ ਸ਼ੁਰੂ ਕਰਤਾ ਹੋਣਾ 100%। ਹਰ ਖੋਜੀ ਲੋ ਜੀ, ਜੈ ਹੋ। ਆਹ ਵੀ ਬੰਦਾ ਨਾਲ ਰੱਖਿਆ ਆ, ਸਭ ਤੋਂ ਪਹਿਲਾਂ ਇਹਨੂੰ ਕੱਢੋ। ਜੈ ਪੂਰੀ ਸਜਾਵਟ ਹੋ ਚੁੱਕੀ ਹੈ ਬਾਣਿਆਂ ਦੀ। ਇੱਕ ਮਿੰਟ, ਉਹ ਰੰਗ ਨੀ, ਉਹ ਮੈਂ ਰੰਗ ਵਾਲੀ ਬਾਅਦ ਚੋਂ ਆ ਵੀ। ਸਭ ਤੋਂ ਪਹਿਲੇ ਨੰਬਰ 'ਤੇ ਔਰ ਸਭ ਤੋਂ ਟਾਈਮ ਸਿਰ ਆਹ ਵਾਲੀ ਪਾਰਟੀ ਜਿਹੜੀ ਆ ਰੈਡੀ ਹੋ ਚੁੱਕੀ ਹੈ। ਰੰਗ ਲੱਗਣ ਦਾ ਜਿਹੜਾ ਇਹਨਾਂ ਦਾ 15-20 ਮਿੰਟ ਦਾ ਹੋਰ ਕੰਮ ਹੋਊਗਾ, ਉਹ ਠੀਕ ਹੈ। ਬਾਕੀ ਦੋ ਪਾਰਟੀਆਂ ਦਾ ਇੱਕ ਕੋਠੇ 'ਤੇ ਫਿਰਦੀ ਹੈ, ਇੱਕ ਸਾਡੀ ਬਹਾਦਰਪੁਰ ਵਾਲੀ ਜੈ ਸ਼ੰਕਰ ਹੀ ਹੈ। ਕਰਦੇ ਕਰਾਉਂਦੇ ਅਸੀਂ ਫਿਰ ਚੱਲੇ ਹਾਂ ਜੀ, ਜਿੱਥੇ ਕੀਰਤਨ ਚੱਲ ਰਿਹਾ ਅਤੇ ਨਾਲ ਨਾਲ ਲੰਗਰ ਵੀ ਚੱਲੂਗਾ, ਔਰ ਜਿੱਥੋਂ ਅਸੀਂ ਸ਼ੋਭਾ ਯਾਤਰਾ ਪੜਨੀ ਹੈ। ਲਓ ਜੀ, ਕਰਦੇ ਕਰਾਉਂਦੇ ਪਹੁੰਚ ਗਏ ਅਸੀਂ ਫਿਰ ਜਿੱਥੋਂ ਸ਼ੋਭਾ ਯਾਤਰਾ ਨਿਕਲਣੀ ਹੈ। ਇੱਕ ਪਾਸੇ ਜਿਹੜਾ ਲੰਗਰ ਤਿਆਰ ਹੋ ਰਿਹਾ ਆ, ਪੂਰੀਆਂ ਔਰ ਚਨੇ ਹੈ ਨਾ ਭਾਈ, ਤਿਆਰੀ ਹੈ ਭਾਈ, ਪੂਰੀ ਪ੍ਰਸ਼ਾਦ ਲੱਗਣ ਚਲਾ ਗਿਆ। ਲੋ ਜੀ, ਪੂਰੀਆਂ ਜੈ ਮਾਤਾ ਦੀ, ਨਾਲ ਪ੍ਰਸ਼ਾਦ ਜੀ, ਹਲਵਾ ਨਾਲ ਚਨੇ, ਚਲੋ ਜੀ। ਚਲੋ ਜੀ, ਆਪਣੀ ਇੱਕ ਹੋਰ ਗੱਡੀ ਜਿਹੜੀ ਆ ਚੁੱਕੀ ਹੈ ਦਿੱਲੀ ਨੰਬਰ, ਜੈ ਹੋ, ਜੈ ਮਾਤਾ ਦੀ। ਸ਼ਹਿਰੀ ਲਾਲ ਲਾਈਵ ਕਿਹਨੇ ਕਰਨਾ ਹੁਣ? ਚਾਚੇ ਚਲਾਊਗਾ ਗੱਡੀ, ਉਹ ਵਾਲੀ
ਸਵੇਰ ਦਾ ਕੋਈ ਕੰਮ ਨਹੀਂ ਕੀਤਾ ਇਸ ਬੰਦੇ ਨੇ, ਵਿਕਰਮ ਭਾਜੀ ਨੇ। ਅੱਛਾ, ਸਾਰਾ ਕੰਮ ਕਰਨ ਡਿਆ ਸੈਟਿੰਗ ਕਰਾ ਕੇ ਰੱਖ। ਇੱਕ ਚਾਚਾ ਤੇ ਇੱਕ ਮੈਂ, ਦੋ ਜਣੇ ਆ ਜਿਹੜੇ ਅਸੀਂ ਸਵੇਰੇ 3 ਵਜੇ ਦੇ ਉੱਠੇ ਹੋ ਆ। ਸਾਰੀ ਟੈਨਸ਼ਨ ਤਾਂ ਇੱਧਰ ਹੈ ਭਰਾਵਾ, ਸਾਰੀ ਜ਼ਿੰਮੇਵਾਰੀ ਪਈ ਆ ਮੈਨੂੰ। ਕਮਾਈ ਦੇ ਵੀ ਜੈ ਮਾਤਾ ਦੀ। ਇੱਕ ਹੋਰ ਤੁਹਾਨੂੰ ਚੀਜ਼ ਲੱਗਦਾ, ਇੱਕ ਵਾਰ ਸੈਣੀ ਸਾਹਿਬ ਜੈ ਮਾਤਾ ਦੀ, ਸੈਣੀ ਸਾਹਿਬ ਜੈ ਮਾਤਾ ਦੀ। ਲੰਗਰ ਸ਼ੁਰੂ ਹੋ ਗਿਆ ਭਾਜੀ, ਦੱਬਦੀ ਹੈ ਇੱਥੇ ਬੋਲ ਦੋ ਕਿਹੜਾ ਕੰਮ ਰਹਿ ਗਿਆ। ਭਾਈ ਨੇ ਉਹ ਚੁੰਨੀਆਂ ਮੰਗੀਆਂ, ਕਿਹਨੂੰ ਬੁਲਾਉਣੀਆਂ, ਕਿੱਦਾਂ ਹੈ? ਉਹ ਬਿਪੁਲ ਭਾਈ ਆਉਂਦੇ ਹੋਏ, ਪੜੋ ਫਟਾਫਟ ਕਰੋ, ਲੰਗਰ ਸ਼ੁਰੂ ਹੋ ਗਿਆ ਵਾ, ਫਟਾਫਟ ਕਰੋ ਯਾਰ ਭਾਈ, ਲੰਗਰ ਸ਼ੁਰੂ ਹੈ ਨਾ। ਬਿਲਕੁਲ, ਮੇਰੀ ਗੱਲ ਸੁਣੋ ਭਾਈ, ਮਟਰ ਵਾਲੇ ਚੌਲ ਖਾਓ। ਵਿਕਰਮ ਭਾਜੀ ਉਹ ਲਿਫਾਫੇ ਜਿਹੜੇ ਲਾਗੀ ਪੈਕਿੰਗ ਵਾਲੇ ਲਿਫਾਫੇ, ਸਾਡਾ ਇੱਕ ਬੰਦਾ ਜੀ ਉਹ ਵੀ ਤੁਹਾਨੂੰ ਮਿਲਾਉਂਦਾ, ਉਹਨੇ ਆਪਣੇ ਖਾਣ ਦੇ ਲਈ ਪੂਰੀ ਬਿਰਿਆਨੀ ਦਾ ਪਤੀਲਾ ਹੀ ਬਣਵਾ ਦਿੱਤਾ ਆ। ਆਇਓ, ਭੁੱਖ ਲੱਗ ਗਈ ਆ। ਜੈ ਮਾਤਾ ਜੀ, ਜੈ ਮਾਤਾ ਜੀ, ਜੈ ਮਾਤਾ ਜੀ ਬਾਈ। ਠੀਕ ਹੈ ਜੀ, ਮਿਲਦਾ ਹੁਣ ਤੁਹਾਨੂੰ ਸਿੱਧਾ ਸ਼ੋਭਾ ਯਾਤਰਾ ਤੇ, ਬਾਏ, ਮਿਲਦੇ ਆ ਨੈਕਸਟ ਵੀਡੀਓ।